ਬਠਿੰਡਾ ਜ਼ਿਲ੍ਹੇ ਦੇ ਵਿੱਚ ਇਸ ਸਾਲ 14,500 ਦੇ ਹੈਕਟੇਅਰ ਦੇ ਕਰੀਬ ਨਰਮੇ ਦੀ ਕਾਸ਼ਤ ਕੀਤੀ ਜਾ ਰਹੀ ਹੈ, ਜੋ ਕਿ ਪਹਿਲੇ ਸਾਲਾਂ ਨਾਲੋਂ 1/3 ਹੈ, ਤੀਜਾ ਹਿੱਸਾ ਹੀ ਹੈ। ਅਤੇ ਇਸ ਸਾਲ ਜਿਹਦੇ ਵਿੱਚ ਜਿਹੜੀ ਹੁਣਤੀ ਜਿਹੜੀ ਹੈਗੀ ਹੈ, ਪਹਿਲਾਂ ਚਿੱਟੇ ਮੱਛਰ ਦੀ ਕਹਿ ਸਕਦੇ, ਉਹਦੇ ਨਾਲ ਨਸ਼ਟ ਹੋਈ ਫਸਲ ਹੈ ਜਿਹੜੀ 2-3 ਏਕੜ ਵਾਹੀ ਗਈ ਹੈ, 3 ਪਿੰਡਾਂ ਦੇ ਵਿੱਚ ਵਾਹੀ ਗਈ ਹੈ, ਗਿਆਨਾ ਪਿੰਡ ਦੇ ਵਿੱਚ ਵਾਹੀ ਗਈ ਥੋੜ੍ਹੀ ਚਰਕ ਨਾਲ, ਅਤੇ ਤੁੰਗ ਵਾਲੀ 'ਚ ਭਾਗੀ ਬਾਂਦਰ ਦੇ ਵਿੱਚ 2 ਏਕੜ ਜਿਹੜੇ ਗਿਆਨਾ ਪਿੰਡ ਦੇ ਵਿੱਚ ਹੈ, ਬਾਕੀ ਉਸੇ ਫਾਰਮਰ ਦੀ ਫਸਲ ਠੀਕ ਵੀ ਹੈ 14 ਏਕੜ ਜੋ ਕਿ ਉਹਨੇ ਸਾਂਭ ਲਈ ਹੈ। ਹਾਂਜੀ, ਕੁਛ ਖੇਤਾਂ ਦੇ ਵਿੱਚ ਲੰਮੀ ਔੜ ਕਾਰਨ ਕਰਕੇ ਚਿੱਟਾ ਮੱਛਰ ਦਾ ਹਮਲਾ ਜ਼ਿਆਦਾ ਹੋ ਗਿਆ ਸੀਗਾ। ਹੁਣ ਕਿਸਾਨਾਂ ਨੂੰ ਉਮੀਦ ਜਾਗੀ ਹੈ, ਜਦੋਂ ਚਿੱਟੇ ਮੱਛਰ ਦਾ ਹਮਲਾ ਘੱਟ ਗਿਆ, ਬੂਟਿਆਂ ਨੇ ਕੱਦ ਵੀ ਕੀਤਾ, ਨਰਮੇ ਦੀ ਫਸਲ ਨੇ ਕੱਦ ਵੀ ਕੀਤਾ, ਹੁਣ ਉਹਨਾਂ ਨੂੰ ਥੋੜ੍ਹਾ ਜਿਹਾ ਲੱਗਦਾ ਵੀ ਹੁਣ ਹੋ ਸਕਦਾ ਨਰਮਾ, ਹੁਣ ਉਹਨਾਂ ਨੇ ਥੋੜ੍ਹਾ ਧਿਆਨ ਦੇਣਾ, ਵੱਧ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਹਾਂ, ਗੁਲਾਬੀ ਸੁੰਡੀ ਦਾ ਹਮਲਾ ਵੀ ਤਕਰੀਬਨ ਹਰ ਖੇਤ ਦੇ ਵਿੱਚ ਹੈਗਾ, ਪਰ ਉਹਦੇ ਲਈ ਕੈਮੀਕਲ ਕੰਟਰੋਲ ਹੁਣ ਤੱਕ, ਜਦ ਤੱਕ BG3 ਨਹੀਂ ਆਉਂਦਾ ਉਹਨਾਂ ਚਿਰ ਕੈਮੀਕਲ ਕੰਟਰੋਲ ਹੈਗਾ, ਉਹਦੇ ਵਿੱਚ ਕੈਮੀਕਲ ਕੰਟਰੋਲ ਦੇ ਉੱਤੇ ਸਪਰੇ ਕਰ ਰਹੇ ਹਾਂ, ਉਹਦੇ ਵਿੱਚ ਅਸੀਂ ਫਿਰੋਮੈਂਟ ਰਸ ਲੈ ਕੇ ਵੀ ਵੇਖ ਰਹੇ ਹਾਂ ਵੀ ਕਿੰਨੇ ਕੁ ਪਤੰਗੇ ਆ ਰਹੇ, ਕਿੰਨਾ ਕੁ ਹਮਲਾ ਹੋਰ ਹੋ ਸਕਦਾ, ਉਹਦੇ 'ਤੇ ਜਿਹੜਾ ਮੋਨੀਟਰਿੰਗ ਹੋ ਰਹੀ ਆ ਵੀ ਇੱਥੇ ਹਮਲਾ ਹੋ ਸਕਦਾ, ਜਿੱਥੇ ਪਤੰਗੇ ਜ਼ਿਆਦਾ ਆਉਣਗੇ ਫਿਰੋਮੈਂਟ ਰਸ ਦੇ ਵਿੱਚ, ਉੱਥੇ ਹਮਲਾ ਜ਼ਿਆਦਾ ਹੋਣ ਦੀ ਉਮੀਦ ਆ, ਉੱਥੇ ਸਪਰੇ ਜਲਦੀ ਕਰਨ ਦੀ ਸਿਫਾਰਸ਼ ਕਰਦੇ ਹਾਂ। ਅਸੀਂ ਤੁਹਾਡੇ ਮੀਡੀਆ ਬਾਰੇ ਇਹੀ ਕਹਿਣਾ ਚਾਹੁੰਦੇ ਹਾਂ ਵੀ ਜਿਹੜੀ ਸਿਫਾਰਸ਼ ਕੀਤੀ ਹੈ ਕਿਸਮ ਜ਼ਹਿਰਾਂ, ਇਹਨਾਂ ਦੀ ਵਰਤੋਂ ਕੀਤੀ ਜਾਵੇ, ਹੁਣ ਆਉਣ ਵਾਲੇ 15-20 ਦਿਨ ਇਹ ਨਰਮੇ ਦੀ ਫਸਲ ਵਾਸਤੇ ਠੀਕ ਕਰ ਸਕਦੇ ਆ, ਅਤੇ ਜੇ ਆਪਾਂ ਅਣਗਹਿਲੀ ਕਰਾਂਗੇ ਤਾਂ ਆਪਾਂ ਨੂੰ ਖਰਾਬ ਵੀ ਹੋ ਸਕਦੀ ਫਸਲ। ਜ਼ਿਲ੍ਹੇ ਵੱਲੋਂ ਜਿੰਨੇ ਵੀ ਸਾਡੇ ਕੋਲ ਆਏ ਆ ਵੀ ਵਾਹਿ ਨਰਮੇ ਦੀ ਰਿਪੋਰਟ, ਅਸੀਂ ਆਏ ਹਫ਼ਤੇ ਅਸੀਂ ਕਰਦੇ ਹਾਂ ਵੀ ਜੇ ਕਿਤੇ ਨਸ਼ਟ ਕਰਨਾ ਪਿਆ, ਵਾਹੁਣਾ ਪਿਆ, ਉਹਦੇ ਕਾਰਨ ਕੀ ਹੈ ਵੀ ਕਿਉਂ ਵਾਹੁਣਾ ਪਿਆ, ਉਹਦੀ ਅਸੀਂ ਰਿਪੋਰਟ ਹੁਣ ਤੱਕ ਦੀ ਜਿਹੜੀ ਵਾਹਿਆ ਗਿਆ 15 ਅਗਸਤ ਤੱਕ ਦੀ ਉਹਦੀ ਭੇਜ ਦਿੱਤੀ ਗਈ। ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ BT3 ਜਿਹੜਾ ਆਊਗਾ, ਉਹਦੇ ਹਜੇ ਮੁੱਢਲੇ ਟ੍ਰਾਇਲ ਚੱਲ ਰਹੇ ਆ, ਇਹਦੇ ਲਈ ਕਾਫ਼ੀ ਕੁਛ ਕਰਨਾ ਪੈਂਦਾ, ਕਿਉਂਕਿ ਇਹ ਜਨੈਟਿਕ ਅਪਰੂਵਲ ਕਮੇਟੀ ਇਹਨੂੰ ਪਰਮਿਸ਼ਨ ਦਿੰਦੀ, ਉਹਦੇ ਬੇਸ 'ਤੇ ਹੀ ਬਾਇਓਸੇਫਟੀ ਟ੍ਰਾਇਲ ਲੱਗਦੇ, ਪਹਿਲਾਂ ਉਹਦੇ ਕਾਫ਼ੀ ਮਾਪਦੰਡ ਕਰੜੇ ਹੁੰਦੇ ਆ, ਕਿਉਂਕਿ ਇਹਦੇ ਵਿੱਚੋਂ BT ਕਾਟਨ ਦੇ ਵਿੱਚੋਂ ਇਹਦੇ ਵੜੇਵਿਆਂ ਦੇ ਵਿੱਚੋਂ ਤੇਲ ਨਿਕਲਣਾ, ਤੇਲ ਇਹਨਾਂ ਦੀ ਵਰਤੋਂ ਵੱਖ ਵੱਖ ਤੇਲਾਂ ਦੇ ਵਿੱਚ ਕੀਤੀ ਜਾਂਦੀ ਹੈ, ਖਾਣ ਦੇ ਤੌਰ 'ਤੇ ਵਰਤੋਂ ਕੀਤੀ ਜਾਂਦੀ ਹੈ, ਉਹਦੇ ਲਈ ਇਹ ਕਾਫ਼ੀ ਹੈਲਥ ਦੇ ਨਾਲ ਜੁੜੇ ਹੋਣ ਕਰਕੇ ਇਸ਼ੂ, ਇਹ ਕਰਕੇ ਇਹ BT ਵਾਲੀਆਂ ਜਿਹੜੀਆਂ ਚੀਜ਼ਾਂ ਆ ਕਈ ਦੇਸ਼ਾਂ ਦੇ ਵਿੱਚ ਤਾਂ ਬੈਨ ਹੀ ਆ, ਜਿਹੜੀਆਂ ਜਨੈਟਿਕ ਮੋਡੀਫਾਈਡ ਫਸਲਾਂ ਉਹਦੇ ਲਈ, ਜਿਵੇਂ ਬੈਂਗਣਾਂ ਦੇ ਵਿੱਚ ਵੀ BT ਦੀ ਸਰਚ ਚੱਲ ਕਦੋਂ ਦੀ ਚੱਲ ਰਹੀ ਹੈ, ਪਰ ਉੱਥੇ ਨਹੀਂ ਉਹਨਾਂ ਨੂੰ ਹਜੇ ਪਰਮਿਸ਼ਨ ਮਿਲੀ, ਕਿਉਂਕਿ ਉਹ ਡਾਇਰੈਕਟ ਖਾਣੇ ਹੈ, ਨਹੀਂ ਉਹਦੇ ਚੱਲ ਰਹੇ ਪ੍ਰੋਸੈਸ ਦੇ ਵਿੱਚ ਹੀ ਹੈ ਸਾਰਾ ਕੁਛ, ਕਾਫ਼ੀ ਇਹਨਾਂ ਦੇ ਔਖੇ ਕਰੜੇ ਮਾਪਦੰਡ ਹੁੰਦੇ ਆ, ਕਾਫ਼ੀ ਕੁਛ ਘੋਖਣ ਦੇਖਣ ਤੋਂ ਬਾਅਦ ਹੀ ਮਨਜ਼ੂਰੀ ਮਿਲਦੀ ਹੈ, ਜਿਹੜੇ ਖਾਣ ਵਾਲੇ ਸਿੱਧੇ ਖਾਣ ਵਾਲਿਆਂ 'ਤੇ, ਕਾਟਨ ਦੇ ਉੱਤੇ ਪਹਿਲਾਂ ਹੀ ਮਿਲੀ ਹੋਈ ਹੈ, ਉਹ ਵੀ ਸ਼ਰਤਾਂ ਦੇ ਆਧਾਰ 'ਤੇ ਮਿਲੀ ਹੋਈ ਹੈ ਵੀ ਇਹਦੇ ਵਿੱਚ ਇੰਨਾ ਰਫਿਊਜੀਆ ਪਾਉਣਾ, ਇੰਨਾ ਉਹ ਬੀ ਪਾਉਣਾ ਜਿਹਦੇ ਉੱਤੇ ਸੁੰਡੀ ਆ ਸਕਦੀ ਹੋਵੇ। ਹਾਂਜੀ, ਇਹਦੇ ਵਿੱਚ ਇਸ ਵੇਲੇ ਸਖ਼ਤ ਲੋੜ ਹੈਗੀ ਆ ਵੀ
ਕਿਉਂਕਿ ਜਿਹੜਾ ਗੁਲਾਬੀ ਸੁੰਡੀ ਦਾ ਕੀੜਾ ਕਾਫੀ ਪਹਿਲਾਂ ਵਾਲਾ ਕੀੜਾ ਨਹੀਂ ਰਿਹਾ, ਸਪਰੇਅ ਨਾਲ ਛੇਤੀ ਮਰ ਜਾਂਦਾ ਸੀ, ਹੁਣ ਇਹ ਕਾਫੀ ਇਹਦਾ ਰੂਪ ਧਾਰਨ ਕਰ ਲਿਆ ਵੀ ਇਹਨੇ ਤਬਾਹ ਕਰਤੀ ਫਸਲ ਕਾਫੀ ਦੂਜੇ ਮੁਲਕਾਂ ਦੇ ਵਿੱਚ, ਪਾਕਿਸਤਾਨ ਦੇ ਵਿੱਚ ਵੀ ਇੱਕ ਦੋ ਸਾਲ ਪਹਿਲਾਂ ਤਬਾਹ ਕੀਤੀ, ਹੋਰ ਸਟੇਟਾਂ ਦੇ ਵਿੱਚ ਵੀ ਕੀਤੀ ਹੈ। ਫਿਰ ਇਹਦੇ ਲਈ ਹੁਣ ਨਵੀਂ ਤਕਨੀਕ ਹੀ ਕੰਮ ਕਰੂ ਜ਼ਿਆਦਾ। ਹੁਣ ਪਿਛਲੇ ਸਾਲਾਂ ਨਾਲੋਂ ਨਰਮਾ 130 ਰਹਿ ਗਿਆ ਬਠਿੰਡਾ ਦੇ ਵਿੱਚ, ਤਾਂ ਸਾਰੇ 40% ਇੰਡੀਆ ਦੇ ਵਿੱਚ 40% ਦੇ ਕਰੀਬ ਰਕਬਾ ਘੱਟ ਗਿਆ।